ਮਾਨ ਸਰ ਕਿਵੇਂ ਦੇਖਦੇ ਹੋ ਤੁਸੀਂ ਇਹ ਚੋਣਾਂ ਨੂੰ ਬਾਈਕਾਊਟ ਕੀਤਾ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਨੇ ਚੋਣਾਂ ਨੂੰ ਜਿੱਤਣ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਦੇ ਆਪ ਨੂੰ ਕਿਸਾਨਾਂ ਦਾ ਮਸੀਹਾ ਦੱਸਦੇ ਆ ਇਹਨਾਂ ਦੇ ਜਿਹੜੇ ਥੱਲੇ ਚਮਚੇ ਆ ਇਥੇ ਲੋਕੋ ਲੀਡਰ ਹੈ ਤੇ ਇਹ ਆਪਦੇ ਆਪ ਕਿਸਾਨਾਂ ਦਾ ਹਮਦਰਦ ਕਿਸਾਨਾਂ ਦਾ ਮਸੀਹਾ ਇਹ ਜਿਹੇ ਸ਼ਬਦ ਵਰਤਦਾ ਹੈ ਕੈਪਟਨ ਲਈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਗ ਸ਼ਰਮ ਦਾ ਘਾਟਾ ਵੀ ਕੈਪਟਨ ਉਸ ਮੌਕੇ ਇਹ ਚੋਣਾਂ ਕਰਾਰ ਹੈ ਜਦੋਂ ਪੰਜਾਬ ਦੀ ਆਵਾਮ ਪੰਜਾਬ ਦੇ ਲੋਕ ਦਲੀ ਨਾਲ ਮੱਥਾ ਲਾਈ ਬੈਠੇ ਆ ਜੇ ਦਿੱ ਸત્તાਦਾਰੀ ਪਾਰਟੀ ਹੁੰਦੀ ਆ ਉਹਦੀ ਗੁੰਡਾਗਰਦੀ ਤੇ ਬਾਹੂਬਲ ਨਾਲ ਜਿੱਤ ਜਾਂਦੀ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਹੁਣ ਵੀ ਕੀ ਕਰ ਰਹੀ ਹੈ ਕਾਂਗਰਸ ਕਾਂਗਰਸੀਆਂ ਦੇ ਮੰਤਰੀ ਐਮ ਐਲ ਏ ਬਾੜਾਂ 'ਚ ਤੁਰੇ ਫਿਰਦੇ ਆ ਪੁਲਿਸ ਫੋਰਸ ਨੂੰ ਆਪਦੇ ਹੱਥ ਠੋਕਾ ਬਣਾਏ ਤੇ ਉਹ ਜਿਹੜੇ ਕੋਈ ਆਜ਼ਾਦ ਖੜਾ ਹੁੰਦਾ ਹੈ ਦੂਜੀਆਂ ਪਾਰਟੀਆਂ ਵਾਲੇ ਖੜੇ ਹੋ ਰਹੇ ਉਹਨਾਂ ਨੂੰ ਦਬਕੇ ਮਾਰਦੀ ਆ ਪੁਲਿਸ ਜਾ ਕੇ ਉਹਦੇ ਤੇ ਪਰਚਾ ਦੇ ਦੇਵਾਂਗੇ ਨਹੀਂ ਆਪਦੇ ਕਾਗਜ਼ ਵਾਪਸ ਲੈ ਲੈਣ ਲੱਗਦਾ ਵੀ ਜੋ ਵੀ ਚੋਣਾਂ ਹੋਈਆਂ ਨੇ ਇਹ ਧਰਨੇ ਪ੍ਰਦਰਸ਼ਨ ਡਾਊਨ ਕਰਨ ਨੂੰ ਇਹ ਚੋਣਾਂ ਕੀਤੀਆਂ ਨੇ ਤੁਸੀਂ ਆਪਣੇ ਦਿਲ ਤੇ ਆਤਰੱਖ ਕੇ ਕਹੋ ਕਿ ਤੁਹਾਨੂੰ ਨਹੀਂ ਲੱਗਦਾ ਚੋਣਾਂ ਲੇਟ ਹੋ ਜਾਂਦੀਆਂ ਕਿੱਡਾ ਕ ਲੁੜਾ ਆ ਜਾਂਦਾ ਜਿਹੜੇ ਲੋਕ ਸਭਾ ਰਾਜ ਸਭਾ ਦੇ ਭਾਸ਼ਣਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਭਾਸ਼ਣ ਹੀ ਨੇ ਇਹ ਭਾਸ਼ਣਾਂ ਚ ਕੋਈ ਦਮ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕੇ ਤਿੰਨ ਤਲਾਕਾਂ ਵਾਲਾ ਕਾਨੂੰਨ ਲਿਆਂਦਾ ਗਿਆ ਉਹ ਕਿਸੇ ਨੇ ਮੰਗਿਆ ਨਹੀਂ ਸੀ ਉਹ ਸੋਚਿਆ ਦੇਸ਼ ਦੇ ਸੁਧਾਰ ਕਰਨ ਵਾਸਤੇ ਜੀਐਸਟੀ ਲਿਆਂਦੀ ਸੋਚਿਆ ਦੇਸ਼ ਦੇ ਸੁਧਾਰਨ ਕਰਨ ਵਾਸਤੇ ਕਿ ਨਹੀਂ ਪੁੱਛਿਆ ਗਿਆ ਅਸੀਂ ਏਵੇਂ ਹੀ ਮਤਲਬ ਖੇਤੀ ਕਾਨੂੰਨ ਲਿਆਂਦੇ ਨੇ ਇਹ ਕਿਸਾਨੀ ਚ ਸੁਧਾਰ ਕਰਨ ਲਈ ਲਿਆਂਦੇ ਨੇ ਇਸ ਲਈ ਇਹ ਪੁੱਛਣ ਦੀ ਲੋੜ ਨਹੀਂ ਸੀ ਵਧੀਆ ਤਰੀਕੇ ਨਾਲ ਕਿਹੜਾ ਦੇਸ਼ ਚੱਲ ਰਿਹਾ ਦੇਸ਼ ਦੀ ਕਿਹੜੀ ਚੀਜ਼ ਹੈ ਜਿਹੜੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਮੈਨੂੰ ਇੱਕ ਚੀਜ਼ ਦਾ ਐਗਜ਼ਾਮਪਲ ਤੁਸੀਂ ਦੇ ਦਿਓ ਪਰ ਦਿੱਲੀ ਬਾਰੇ ਤੁਸੀਂ ਇੱਕ ਚੀਜ਼ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਬੰਦਾ ਕੋਈ ਦਸਾਂ ਪੀਹਾਂ ਦਿਨਾਂ ਬਾਅਦ ਵੀ ਦਿੱਲੀ ਜਾਂਦਾ ਨਾ ਤੇ ਰਸਤੇ ਉਹਨੂੰ ਵੀ ਯਾਦ ਨਹੀਂ ਰਹਿੰਦੇ ਉਹ ਵੀ ਅੱਜ ਕੱਲ ਅਗਲਾ ਗੂਗਲ ਮੈਪ ਲਾ ਕੇ ਮੈਪ ਦੇ ਸਾਰੇ ਜਾਂਦਾ ਤੇ ਆਮ ਲੋਕਾਂ ਨੂੰ ਕੀ ਪਤਾ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕੀ ਪਤਾ ਸੀ ਵੀ ਲਾਲ ਕਿਲਾ ਕਿਹੜੇ ਪਾਸੇ ਆ ਤੇ ਉਥੇ 26 ਜਨਵਰੀ ਦੇ ਦਿਨ ਲੋਕ ਐਂਟਰ ਕਰ ਜਣ ਉਹ ਲਾਲ ਕਿਲਾ ਜਿੱਥੇ ਆਮ ਦਿਨਾਂ ਦੇ ਵਿੱਚ ਪਰਿੰਦਾ ਪਰਣੀ ਮਾਰ ਸਕਦਾ ਪੰਜਾਬੀਆਂ ਦੀ ਜਿਹੜੀ ਤਬੀਅਤ ਆ ਨਾ ਸਾਡੀ ਜੜੀ ਸ਼ਖਸੀਅਤ ਆ ਪੰਜਾਬੀਆਂ ਦੀ ਅਸੀਂ ਬਾਗੀ ਸੁਭਾਅ ਦੇ ਲੋਕ ਅਸੀਂ ਹਾਂ ਜਦੋਂ ਫਿਰ ਸਾਡਾ ਕਿਤੇ ਪੇਚਾ ਪੈ ਜੇ ਨਾ ਤਸੀਂ ਫਿਰ ਉੱਥੇ ਜੰਗ ਜੜੀ ਆ ਹਕ ਠੋਕੇ ਲੜਦੇ ਆ ਸੋ ਤਾਂ ਕੰਮ ਹੁੰਦਾ ਸਰਕਾਰ ਦਾ ਜਦੋਂ ਉਹਨਾਂ ਨੇ ਪਰਚਾ ਦੇਣਾ ਨਾ ਫਿਰ ਠੋਕੇ ਦਿੰਦੇ ਆ ਆਪਦੇ ਵੱਲੋਂ ਤਾਂ ਬਾਕੀ ਫਿਰ ਅਦਾਲਤਾਂ ਹੈਗੀਆਂ ਨੇ ਉੱਥੇ ਕੇਸ ਚੱਲਦੇ ਆ ਤੋ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਨਿਆ ਮਿਲਦਾ ਦਿੱਲੀ ਦੀ ਸਰਕਾਰ ਦੀਆਂ ਚੂੜਾਂ ਹਿੱਲੀਆਂ ਪਈਆਂ ਨੇ ਮੋਦੀ ਸਾਹਿਬ ਉੱਤੋਂ ਤੋਂ ਬੜਕਾ ਮਾਰਦਾ ਅੰਦਰੋਂ ਮੋਦੀ ਦੇ ਵੀ ਗੋਡੇ ਕੰਬ ਰਹੇ ਆ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਕਿਸਾਨ ਜਥੇਬੰਦੀਆਂ ਦੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਪਰ ਦੂਜੇ ਪਾਸੇ ਆਪਾਂ ਨੂੰ ਪਤਾ ਕਿ ਨਗਰ ਕੌਂਸਲ ਦੇ ਚੋਣਾਂ ਹੋ ਰਹੇ ਨੇ ਪੰਜਾਬ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਚੋਣਾਂ 'ਚ ਪੂਰੀਆਂ ਬੇਸਤ ਨੇ ਬਿਜੀ ਨੇ ਸੋ ਚੋਣ ਪ੍ਰਚਾਰ ਜੋਰਾਂ ਤੇ ਆ ਕਾਂਗਰਸ ਪਾਰਟੀ ਦਾ ਜੋਰ ਲੱਗਿਆ ਹੋਇਆ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਲੋਕ ਇਨਸਾਫ ਪਾਰਟੀ ਨੇ ਸਭ ਤੋਂ ਪਹਿਲਾਂ ਹੀ ਇਹ ਨਗਰ ਕੌਂਸਲ ਚੋਣਾਂ ਦਾ ਵਾਈਕਾਟ ਕੀਤਾ ਕਿਉਂ ਕੀਤਾ ਕਿਉਂਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਕਿ ਅਸੀਂ ਕਿਸਾਨੀ ਸੰਘਰਸ਼ ਚੱਲ ਰਿਹਾ ਇੱਕ ਪਾਸੇ ਅਸੀਂ ਇਹ ਚੋਣਾਂ ਦਾ ਵਾਈਕਾਟ ਕਰਦੇ ਹਾਂ ਇਹ ਚੋਣਾਂ ਹੁਣ ਨਹੀਂ ਕਰਵਾਉਣੀਆਂ ਚਾਹੀਦੀਆਂ ਸੀ ਸੋ ਸਾਡੇ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ਇੰਚਾਰਜ ਤਲਵਿੰਦਰ ਸਿੰਘ ਮਾਨ ਮੌਜੂਦ ਨੇ ਉਹਨਾਂ ਨਾਲ ਕਰਾਂਗੇ ਗੱਲਬਾਤ ਕਿ ਚੋਣਾਂ ਦਾ ਬਾਈਕਾਟ ਕੀਤਾ ਕਿਵੇਂ ਦੇਖਦੇ ਹੋ ਸੋ ਸਾਡੇ ਨਾਲ ਤਲਵਿੰਦਰ ਸਿੰਘ ਮਾਨ ਮੌਜੂਦ ਨੇ ਮਾਨ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਥੈਂਕ ਯੂ ਥੈਂਕ ਯੂ ਸੋ ਮਚ ਅਮਨ ਜੀ ਮਾਨ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਚੋਣਾਂ ਨੂੰ ਬਾਈਕਾਟ ਕੀਤਾ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਪੂਰਾ ਜੋਰ ਲਾ ਰਹੀਆਂ ਨੇ ਚੋਣਾਂ ਨੂੰ ਜਿੱਤਣ ਲਈ ਅਮਨ ਜੀ ਗੱਲ ਇਹ ਆ ਜਿਹੜਾ ਇਹ ਸਮਾਂ ਹੈ ਨਾ ਇਹ ਐਡਾ ਕ੍ਰੂਸ਼ਲ ਟਾਈਮ ਆ ਜਿੱਥੇ ਪੂਰਾ ਪੰਜਾਬ ਕੀ ਬਲਕੇ ਪੂਰਾ ਹਿੰਦੁਸਤਾਨ ਦਾ ਕਿਸਾਨ ਜਿਹੜੇ ਅੰਦੋਲਨ ਨੂੰ ਲੀਡ ਪੰਜਾਬ ਕਰ ਰਿਹਾ ਤੇ ਉਹ ਅੱਜ ਦਿੱਲੀ ਦੇ ਬਾਰਡਰਾਂ ਤੇ ਬੈਠਾ ਜੇ ਆਪਾਂ ਗੱਲ ਕਰੀਏ ਸੰਘਰਸ਼ ਸ਼ੁਰੂ ਹੋਏ ਨੂੰ ਤਾਂ ਤਕਰੀਬਨ ਅੱਧਾ ਪੌਣਾ ਸਾਲ ਹੋ ਚੱਲਿਆ ਹੁਣ ਪਰ ਦਿੱਲੀ ਬਾਰਡਰ ਤੇ ਬੈਠਾ ਨੂੰ ਵੀ ਮਹੀਨਾ ਦੇ ਮਹੀਨੇ ਹੋ ਗਏ ਤੇ ਉਹਦੇ باوجود ਬੜੀ ਸ਼ਰਮ ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਆਪਦੇ ਆਪ ਨੂੰ ਕਿਸਾਨਾਂ ਦਾ ਮਸੀਹਾ ਦੱਸਦੇ ਆ ਇਹਨਾਂ ਦੇ ਜਿਹੜੇ ਥੱਲੇ ਚਮਚੇ ਆ ਇੱਥੇ ਲੋਕਲ ਲੀਡਰ ਹੈ ਤੇ ਇਹ ਆਪਦੇ ਆਪ ਕਿਸਾਨਾਂ ਦਾ ਹਮਦਰਦ ਕਿਸਾਨਾਂ ਦਾ ਮਸੀਹਾ ਇਹ ਜਿਹੇ ਸ਼ਬਦ ਵਰਤਦਾ ਹੈ ਕੈਪਟਨ ਲਈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਗ ਸ਼ਰਮ ਦਾ ਘਾਟਾ ਵੀ ਕੈਪਟਨ ਉਸ ਮੌਕੇ ਇਹ ਚੋਣਾ ਕਰਾਰ ਹੈ ਜਦੋਂ ਪੰਜਾਬ ਦੀ ਆਵਾਮ ਪੰਜਾਬ ਦੇ ਲੋਕ ਦਿੱਲੀ ਨਾਲ ਮੱਥਾ ਲਾ ਕੇ ਬੈਠੇ ਆ ਜਦ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਲੋਕਲ ਬਾਡੀਜ਼ ਚੋਣਾ ਇਹ ਜਿਹੜੀਆਂ ਕਿਹੜੀਆਂ ਇੰਪੋਰਟੈਂਟ ਹੋ ਗਈਆਂ ਵੈਸੇ ਵੀ ਇਹ ਸਭ ਨੂੰ ਪਤਾ ਹੈ ਜਿਹੜੀਆਂ ਲੋਕਲ ਬਾਡੀਜ਼ ਚੋਣਾਂ ਹੁੰਦੀਆਂ ਚਾਹੇ ਉਹ ਕੌਂਸਲਰਾਂ ਦੀ ਹੋਗੀਆਂ ਚਾਹੇ ਪੰਚਾਇਤ ਸਰਪੰਚੀ ਬਲਾਕ ਸਮਤੀ ਇਹ ਸਾਰੀਆਂ ਚੋਣਾਂ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਆ ਉਹਦੀ ਗੁੰਡਾਗਰਦੀ ਤੇ ਬਾਹੂਬਲ ਨਾਲ ਜਿੱਤ ਜਾਂਦੀ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਹੁਣ ਵੀ ਕੀ ਕਰ ਰਹੀ ਹੈ ਕਾਂਗਰਸ ਕਾਂਗਰਸੀਆਂ ਦੇ ਮੰਤਰੀ ਐਮ ਐਲ ਏ ਬਾੜਾਂ 'ਚ ਤੁਰੇ ਫਿਰਦੇ ਆ ਪੁਲਿਸ ਫੋਰਸ ਨੂੰ ਆਪਦੇ ਹੱਥ ਠੋਕਾ ਬਣਾਏ ਤੇ ਉਹ ਜਿਹੜੇ ਕੋਈ ਆਜ਼ਾਦ ਖੜਾ ਹੁੰਦਾ ਹੈ ਦੂਜੀਆਂ ਪਾਰਟੀਆਂ ਵਾਲੇ ਖੜੇ ਹੋ ਰਹੇ ਉਹਨਾਂ ਨੂੰ ਦਬਕੇ ਮਾਰ ਦਿਆ ਪੁਲਿਸ ਜਾ ਕੇ ਉਹਦੇ ਤੇ ਪਰਚਾ ਦੇ ਦੇਵਾਂਗੇ ਨਹੀਂ ਆਪਦੇ ਕਾਗਜ਼ ਵਾਪਸ ਲੈ ਲੈ ਔਰ ਤੁਸੀਂ ਦੇਖੋ ਤਿੰਨ ਦਿਨ ਦਾ ਵਿੱਚ ਸਮਾਂ ਰੱਖਿਆ ਚੋਣ ਪ੍ਰਕਿਰਿਆ ਤੇ ਰਿਜ਼ਲਟ ਦੇ ਵਿੱਚ ਤੇ ਕਿੱਡੀਆਂ ਕਬਡੀਆਂ ਚੋਣਾ ਇੱਕ ਵਾਰਡ ਦੇ ਕਿੰਨੇ ਕੁ ਕੋਈ 100 ਦ ਸੈਂਕੜਿਆਂ ਦੀ ਗਿਣਤੀ 'ਚ ਜੇ ਆਪਾਂ ਕਹੀਏ ਮਤਲਬ 1000 1.5 ਹਜ਼ਾਰ ਵੋਟ ਹੁੰਦੀ ਹੈ ਕੁੱਲ ਜਿਹੜੀ ਦੀ ਕਾਊਂਟਿੰਗ ਮੇਰੇ ਖਾਲ ਘੰਟੇ ਡੇਢ ਘੰਟੇ 'ਚ ਹੋ ਜਾਂਦੀ ਹੈ ਕਿੱਡੀ ਕਬਡੀ ਚੋਣਾ ਹੈ ਵੀ ਜਿਹੜਾ ਵਿੱਚ 3 ਦਿਨ ਦਾ ਸਮਰਖਿਆ ਗਿਆ ਕਾਰਨ ਨਹੀਂ ਆ ਹੀਰਾ ਫੇਰੀ ਕਰਨ ਵਾਸਤੇ ਕਿਉਂਕਿ ਸਟੇਟ ਇਲੈਕਸ਼ਨ ਕਮਿਸ਼ਨ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਅੱਲੇ-ਤਲੇ ਕੱਖ ਨਹੀਂ ਲੋਗਨ ਸਾਹਿਬ ਪਾਰਟੀ ਨੇ 22 ਤਾਰੀਖ ਨੂੰ 22 ਜਨਵਰੀ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਸਟੇਟ ਇਲੈਕਸ਼ਨ ਕਮਿਸ਼ਨ ਹੈ ਇਲੈਕਸ਼ਨ ਕਮਿਸ਼ਨ ਪੰਜਾਬ ਹੈ ਉਹਦਾ ਦਫਤਰ ਦਾ ਘਰਾਉ ਕੀਤਾ ਸੀ ਪਹਿਲਾਂ ਸਮੂਹ ਜਿਹੜੇ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਨੇ ਉਹਨਾਂ ਦੇ ਜ਼ਰੀਏ ਸੀਐਮ ਸਾਹਿਬ ਨੂੰ ਮੰਗ ਪੱਤਰ ਭੇਜਿਆ ਵੀ ਅੱਜੇ ਚੋਣਾਂ ਨਾਲੋਂ ਜ਼ਿਆਦਾ ਜ਼ਰੂਰੀ ਪੰਜਾਬ ਦਾ ਜਿਹੜਾ ਕਾਹਦਾ ਵੱਡਾ ਅੰਦੋਲਨ ਚੱਲ ਰਿਹਾ ਜੀ ਚ ਸੈਂਕੜਿਆਂ ਦੀ ਗਿਣਤੀ ਚ ਸ਼ਹੀਦੀਆਂ ਹੋ ਗਈਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਰਚੇ ਹੋ ਗਏ ਕਿੰਨੇ ਨੌਜਵਾਨ ਕਿੰਨੇ ਬਜ਼ੁਰਗ ਸਾਡੀ ਸਟੇਟ ਦੇ ਜਿਨ੍ਹਾਂ ਦੇ ਅੱਜੇ ਹੀ ਨਹੀਂ ਪਤਾ ਲੱਗ ਰਿਹਾ ਵੀ ਉਹ ਪੁਲਿਸ ਨੇ ਕਿਹੜੀਆਂ ਜ਼ਿਲਾਂ ਚ ਚੱਕ-ਚੱਕ ਕੇ ਤੁੰਤੇ ਤੇ ਅੱਜ ਅਸੀਂ ਉਹਨਾਂ ਦੀ ਭਾਲ ਚ ਲੱਗੇ ਹੋਏ ਆ ਤੇ ਅੱਜ ਅਮਰਿੰਦਰ ਸਿੰਘ ਨੂੰ ਚੋਣਾਂ ਜਾਂਤ ਹੋ ਗਈਆਂ ਸੀਐਮ ਸਾਹਿਬ ਨੂੰ ਸ਼ਰਮ ਚਾਹੀਦੀ ਸੀ ਇਹਨਾਂ ਨੂੰ ਚਾਹੀਦਾ ਸੀ ਇਹ ਸੀਐਮ ਅੱਗੇ ਲਾ ਕੇ ਤੁਰਦਾ ਜਿਹੜੀਆਂ ਪ੍ਰੋਬਲਮਸ ਪੰਜਾਬ ਦੇ ਲੋਕ ਉਥੇ ਫੇਸ ਕਰ ਰਹੇ ਆ ਤੇ ਉਹ ਪ੍ਰੋਬਲਮਸ ਦਾ ਹੱਲ ਕੱਢਦਾ ਨਹੀਂ ਤੁਹਾਨੂੰ ਕੀ ਲੱਗਦਾ ਵੀ ਜੋ ਵੀ ਚੋਣਾਂ ਹੋਈਆਂ ਨੇ ਇਹ ਧਰਨੇ ਪ੍ਰਦਰਸ਼ਨ ਡਾਊਨ ਕਰਨ ਨੂੰ ਇਹ ਚੋਣਾਂ ਕੀਤੀਆਂ ਨੇ ਹੁਣ ਅਮਨ ਜੀ ਮੈਨੂੰ ਨਹੀਂ ਇਹ ਪੂਰੇ ਪੰਜਾਬ ਨੂੰ ਲੱਗਦਾ ਤੁਸੀਂ ਆਪਣੇ ਦਿਲ ਤੇ ਆਤਰਾ ਕੇ ਕਹੋ ਕਿ ਤੁਹਾਨੂੰ ਨਹੀਂ ਲੱਗਦਾ ਹਰ ਬੰਦੇ ਨੂੰ ਇਹ ਚੀਜ਼ ਮਹਿਸੂਸ ਹੋ ਰਹੀ ਆ ਲੋੜ ਕੀ ਸੀ ਕਿੱਡੀ ਕਬੱਡੀ ਲੋੜ ਪੈ ਗਈ ਸੀ ਜੇ 2-4 ਮਹੀਨੇ ਚੋਣਾਂ ਲੇਟ ਹੋ ਜਾਂਦੀਆਂ ਕਿੱਡਾ ਕ ਲੋੜ ਆ ਜਾਂਦਾ ਜਿੱਥੇ 4 ਸਾਲ ਲੰਘ ਗਏ ਜਿੱਥੇ ਸਵਾ 4 ਸਾਲ ਹੋ ਜਾਂਦੇ ਫਿਰ ਕੀ ਹੋ ਗਿਆ ਪਰ ਘੱਟੋ ਘੱਟ ਇਸ ਸਮੇਂ ਤਾਂ ਨਹੀਂ ਸੀ ਕਰਾਉਣਾ ਚਾਹੀਦੀਆਂ ਇਹ ਇੱਕੋ ਕਾਰਨ ਹੈ ਕਰਾਉਣ ਦਾ ਸੀਐਮ ਸਾਹਿਬ ਦਾ ਵੀ ਚੋਣਾਂ ਲੁੱਟਣੀਆਂ ਸੌਖੀਆਂ ਹੋ ਜਾਣਗੀਆਂ आधे ਲੋਕ ਉਥੇ ਬੈਠੇ ਆ ਆਮ ਪਬਲਿਕ ਦਾ ਆਮ ਸੰਗਤ ਦਾ ਜਿਹੜਾ ਧਿਆਨ ਆ ਉਹ ਦਿੱਲੀ ਵੱਲ ਨੂੰ ਆ ਤੇ ਪਿੱਛੋਂ ਇੱਥੇ ਚੋਣਾਂ ਚ ਲੁੱਟਕ ਸੁੱਟ ਕਰਨੀ ਉਹ ਇਹਨਾਂ ਦਾ ਬੜਾ ਇਹਨਾਂ ਨੂੰ ਈਜ਼ੀ ਹੋ ਜਾਊਗਾ ਇਹੀ ਇੱਕ ਰੀਜ਼ਨ ਆ ਹੋਰ ਇਹ ਚ ਕੋਈ ਖਾਸ ਵਜ੍ਹਾ ਨਹੀਂ ਬਾਕੀ ਤਲਵਿੰਦਰ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਚੱਲ ਰਹੇ ਨੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਪਰ ਕੇਂਦਰ ਸਰਕਾਰ ਦੇ ਬਜਟ ਸੈਸ਼ਨ ਚੱਲ ਰਹੇ ਨੇ ਲੋਕ ਸਭਾ ਰਾਜ ਸਭਾ ਚ ਬੋਲ ਰਹੇ ਨੇ ਮੈਂਬਰ ਬੋਲ ਰਹੇ ਨੇ ਪ੍ਰਧਾਨ ਮੰਤਰੀ ਬੋਲੇ ਖੇਤੀ ਮੰਤਰੀ ਬੋਲੇ ਕਿ ਨਹੀਂ ਇਹ ਕਾਨੂੰਨ ਸਹੀ ਨਹੀਂ ਇਹਨਾਂ ਨੂੰ ਅਜਮਾਇਸ਼ ਕੀਤੀ ਜਾਵੇ ਅਜਮਾਓ ਇਹਨਾਂ ਨੂੰ ਪ੍ਰਸਤਾਵ ਤੇ ਧਿਆਨ ਦਿੱਤਾ ਜਾਵੇ ਪਰ ਗੱਲ ਉੱਥੇ ਆ ਕੋਈ ਅੱਗੇ ਨਹੀਂ ਵਧੇ ਕਿਵੇਂ ਦੇਖਦੇ ਹੋ ਜਿਹੜੇ ਲੋਕ ਸਭਾ ਰਾਜ ਸਭਾ ਦੇ ਭਾਸ਼ਣਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਭਾਸ਼ਣ ਹੀ ਨੇ ਇਹ ਭਾਸ਼ਣਾਂ ਚ ਕੋਈ ਦਮ ਹੈ ਨਹੀਂ ਜਾਂ ਤਾਂ ਜਿਹੜੇ ਉਹ ਮੋਦੀ ਸਾਹਿਬ ਤੇ ਉਹਨਾਂ ਦੇ ਕੋਈ ਉਹ 10 20 50 ਬੰਦੇ ਆ ਜਾਂ ਤਾਂ ਉਹ ਸਾਰੇ ਸੂਝਵਾਨ ਹੋ ਗਏ ਤੇ ਜਾਂ ਫਿਰ ਕੁੱਲ ਹਿੰਦੁਸਤਾਨ ਦੇ ਜਿਹੜੇ ਕਿਸਾਨ ਤੇ ਇੰਨੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਇੰਨੇ ਲੀਡਰ ਤੇ ਜਾਂ ਉਹ ਸਾਰੇ ਉਹ ਫਿਰ ਸੂਝਵਾਨ ਇੱਕ ਬੰਦਾ ਹੀ ਸਿਆਣਾ ਨਾ ਦੋਵਾਂ ਚੋਂ ਦੋਵਾਂ ਚ ਇੱਕ ਬੰਦਾ ਹੀ ਸਿਆਣਾ ਹੈ ਤੇ ਜਾਂ ਤਾਂ ਤੁਸੀਂ ਇਹ ਕੋਈ ਉਹ ਸੰਕੜੇ ਲੋਕ ਸਿਆਣੇ ਆ ਤਾਂ ਜਾਂ ਫਿਰ ਮੋਦੀ ਸਾਹਿਬ ਤੇ ਉਹਨਾਂ ਦੇ ਕੋਈ ਉਹ ਜਿਹੜੇ 10 20 ਬੰਦੇ ਆ ਉਹ ਸਿਆਣੇ ਆ ਜਦੋਂ ਇਹ ਚੀਜ਼ ਪ੍ਰੂਵ ਹੋ ਚੁੱਕੀ ਆ ਨਾ ਸਿਰਫ ਕਿਸਾਨ ਉਹ ਚ ਵਕੀਲ ਵੀ ਨੇ ਉਹ ਚ ਡਾਕਟਰ ਵੀ ਨੇ ਉਹ ਚ ਦੂਜੇ professions ਨਾਲ ਰਿਲੇਟਡ ਸਾਰੇ ਲੋਕ ਵੱਡੇ ਵੱਡੇ ਜਰਨਲਿਸਟ ਇਵਨ ਹੁਣ ਤਾਂ ਇੰਟਰਨੈਸ਼ਨਲ ਸਟਾਰਸ ਉਹ ਸਾਰੇ ਲੋਕ ਇਨਵੋਲਵ ਹੋ ਗਏ ਹਰ ਬੰਦਾ ਇਸ ਕਾਨੂੰਨਾ ਦਾ ਵਿਰੋਧ ਕਰ ਰਿਹਾ ਤੇ ਐਡੀ ਕਿੱਡੀ ਗੱਲ ਆ ਜਦੋਂ ਕਿਸਾਨ ਕਹਿ ਰਿਹਾ ਵੀ ਸਾਨੂੰ ਇੱਕ ਜਿਹੜੇ ਤੁਸੀਂ ਕਿਸਾਨੀ ਦੇ ਕਾਨੂੰਨ ਬਣਾਏ ਆ ਸਾਨੂੰ ਇਹਨਾਂ ਦੀ ਲੋੜ ਨਹੀਂ ਸਾਡਾ ਜਿਵੇਂ ਕੰਮ ਚੱਲਦਾ ਜੀ ਪਹਿਲਾਂ ਚੱਲ ਰਿਹਾ ਉਵੇਂ ਚੱਲੀ ਜਾਂਦੇ ਹਾਂ ਹਾਲਾਂਕਿ ਆਪਾਂ ਨੂੰ ਪਤਾ ਵੀ ਕਿਸਾਨੀ ਪਹਿਲਾਂ ਵੀ ਮੰਧਹਾਲੀ ਦੇ ਦੌਰ ਚ ਹੀ ਚੱਲ ਰਹੀ ਆ ਪਰ ਕਿਸਾਨ ਫੇਰ ਵੀ ਕਹਿ ਰਹੇ ਸਾਨੂੰ ਇਦਾਂ ਹੀ ਚੱਲ ਲੈਣ ਦਿਓ ਇਹ ਕਿਸਾਨ ਕਹਿ ਰਹੇ ਨੇ ਇਦਾਂ ਚੱਲ ਜੋ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਤਿੰਨ ਤਲਾਕਾਂ ਵਾਲਾ ਕਾਨੂੰਨ ਲਿਆਂਦਾ ਗਿਆ ਉਹ ਕਿਸੇ ਨੇ ਮੰਗਿਆ ਨਹੀਂ ਸੀ ਉਹ ਸੋਚਿਆ ਦੇਸ਼ ਦੇ ਸੁਧਾਰ ਕਰਨ ਵਾਸਤੇ ਜੀਐਸਟੀ ਲਿਆਂਦੀ ਸੋਚਿਆ ਦੇਸ਼ ਦੇ ਸੁਧਾਰਮਾ ਕਰਨ ਵਾਸਤੇ ਕਿ ਨਹੀਂ ਪੁੱਛਿਆ ਗਿਆ ਅਸੀਂ ਏਵੇਂ ਹੀ ਮਤਲਬ ਖੇਤੀ ਕਾਨੂੰਨ ਲਿਆਂਦੇ ਨੇ ਇਹ ਕਿਸਾਨੀ ਚ ਸੁਧਾਰ ਕਰਨ ਲਈ ਲਿਆਂਦੇ ਨੇ ਇਸ ਲਈ ਇਹ ਪੁੱਛਣ ਦੀ ਲੋੜ ਨਹੀਂ ਸੀ ਸਰਕਾਰ ਦਾ ਕੰਮ ਹੁੰਦਾ ਕਿ ਵਧੀਆ ਤਰੀਕੇ ਨਾਲ ਦੇਸ਼ ਨੂੰ ਚਲਾਉਣਾ ਅਸੀਂ ਆਮਦਨ ਦੁੱਗਣੀ ਕਰਨਾ ਚਾਹੁੰਦੇ ਆ ਕਿਸਾਨਾਂ ਦੀ ਉਹਦੇ ਕਰਕੇ ਕਾਨੂੰਨ ਲਿਆਂਦੇ ਨੇ ਕਿਵੇਂ ਦੇਖਦੇ ਉਹਨਾਂ ਨੇ ਵਧੀਆ ਤਰੀਕੇ ਨਾਲ ਕਿਹੜਾ ਦੇਸ਼ ਚੱਲ ਰਿਹਾ ਦੇਸ਼ ਦੀ ਕਿਹੜੀ ਚੀਜ਼ ਹੈ ਜਿਹੜੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਮੈਨੂੰ ਇੱਕ ਚੀਜ਼ ਦਾ ਐਗਜ਼ਾਮਪਲ ਤੁਸੀਂ ਦੇ ਦਿਓ ਸੈਂਕੜਿਆਂ ਦੀ ਗਿਣਤੀ 'ਚ ਲੋਕ ਹੁਣ ਤੱਕ ਸ਼ਾਦਤ ਦਾ ਜੰਮ ਪੀ ਚੁੱਕੇ ਆ ਆਤਮ ਹੱਤਿਆਵਾਦ ਦਾ ਦੌਰ ਜਾਰੀ ਹੈ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਬੈਠੇ ਆ ਉਥੇ ਸਰਦੀਆਂ ਗਰਮੀਆਂ ਉਹਦੇ ਪਿੰਡਾਂ ਦੇ ਹੰਡਾਰੇ ਆ ਤੇ ਇਹ 'ਚ ਕਿਹੜੀ ਚੰਗੀ ਗੱਲ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੀਐਮ ਸਾਹਿਬ ਕਿਹੜੀ ਦੇਸ਼ ਦੀ ਭਲਾਈ ਦੀਆਂ ਗੱਲਾਂ ਕਰ ਰਿਹਾ ਜਦੋਂ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਬੈਠੇ ਹੋਣ ਉਸ ਦੇਸ਼ ਦੇ ਤੇ ਪੀਐਮ ਸਾਹਿਬ ਗੱਲਾਂ ਕਰ ਰਿਹਾ ਕਿ ਮੈਂ ਦੇਸ਼ ਦੀ ਭਲਾਈ ਹੈ ਭਲਾਈ ਹੈ ਦੇਸ਼ ਦੀ ਹਰੇਕ ਚੀਜ਼ ਕਾਰਪੋਰੇਟ ਦੇ ਹੱਥੀਂ ਵੇਚ ਕੇ ਰੱਖਦੀ ਪੀਐਮ ਸਾਹਿਬ ਨੇ ਕਿਹੜੀ ਚੀਜ਼ ਅਜ ਦੇਸ਼ ਦੇ ਕੋਲ ਹੈ ਹਵਾਈ ਅੜੀਆਂ ਤੋਂ ਲੈ ਕੇ ਹੁਣ ਤਾਂ ਰੇਲਵੇ ਵੀ ਪ੍ਰਾਈਵੇਟ ਕਰਨ ਨੂੰ ਤੁਰਿਆ ਸਾਡਾ ਬੀਐਸਐਨਐਲ ਖਤਮ ਕਰਕੇ ਰੱਖਤਾ ਜੀਓ ਦੇ ਚੱਕਰਾਂ 'ਚ ਸਾਰੇ ਦੇਸ਼ ਦੇ ਲੋਕਾਂ ਨੂੰ ਪਤਾ ਹੈ ਵੀ ਪੀਐਮ ਸਾਹਿਬ ਕਾਰਪੋਰੇਟ ਦੇ ਹੱਥਾਂ 'ਚ ਖੇਡ ਰਿਹਾ ਆ ਇਹ ਹੁਣ ਪੀ ਆਰ ਸਾਹਿਬ ਜਿਹੜੀਆਂ ਮਰਜੀ ਸਫਾਈਆਂ ਦੇ ਜਾਣ ਇਹਨਾਂ ਦਾ ਕੋਈ ਅਸਰ ਨਹੀਂ ਹੋਣ ਲੱਗਿਆ ਕਹਿ ਰਹੇ ਨੇ ਕਿ ਪ੍ਰਾਈਵੇਟ ਕਰਨ ਨਾਲ ਦੇਸ਼ ਦਾ ਵਿਕਾਸ ਹੁੰਦਾ ਪ੍ਰਾਈਵੇਟ ਕਰਨਾ ਬਹੁਤ ਜ਼ਰੂਰੀ ਆ ਕਈ ਚੀਜ਼ਾਂ ਹੁੰਦੀਆਂ ਨੇ ਵੀ ਪ੍ਰਾਈਵੇਟ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਜੇ ਦੇਸ਼ ਦਾ ਵਿਕਾਸ ਕਰਨਾ ਦੇਸ਼ ਦਾ ਵਿਕਾਸ ਤਾਂ ਨਹੀਂ ਹੁੰਦਾ ਬੀ ਜੀ ਪੀ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਤੇ ਇਹਨਾਂ ਦੇ ਜਿਹੜੇ ਕੁਝ 10 ਵੀ ਕਾਰਪੋਰੇਟ ਘਰਾਣੇ ਜਿਹੜੇ ਇਹਨਾਂ ਦੇ ਬੜੇ ਇਹਨਾਂ ਦੇ ਪ੍ਰੇਮੀਨ ਨਾ ਦੇ ਪਿਆਰੇ ਆ ਉਹਨਾਂ ਦਾ ਵਿਕਾਸ ਜ਼ਰੂਰ ਹੁੰਦਾ ਉਹਨਾਂ ਦਾ ਫਾਇਦਾ ਬੜਾ ਹੋ ਰਿਹਾ ਮੈਨੂੰ ਦੱਸੋ ਤਾਂ ਸਹੀ ਪ੍ਰਾਈਵੇਟਾਈਜ਼ ਕਰਨ ਨਾਲ ਕਿਹੜੀ ਚੀਜ਼ ਚ ਭਲਾ ਹੋ ਸਕਦਾ ਪ੍ਰਾਈਵੇਟਾਈਜ਼ ਕਰਨ ਨਾਲ ਤੁਸੀਂ ਜ਼ਾਹਿਰ ਸੀ ਗੱਲ ਹੈ ਜੇ ਕੋਈ ਕਾਰਪੋਰੇਟ ਕਿਸੇ ਕੰਮ ਦੇ ਵਿੱਚ ਆਪਣਾ ਇਨਵੈਸਟਮੈਂਟ ਕਰ ਰਿਹਾ ਪੈਸਾ ਲਾ ਰਿਹਾ ਤਾਂ ਹੀ ਲਾਊਗਾ ਨਾ ਜੇ ਚ ਉਹਨੂੰ ਕੋਈ ਮੁਨਾਫਾ ਹੋ ਰਿਹਾ ਤੇ ਤੁਸੀਂ ਦੇਸ਼ ਦਾ ਉਹੀ ਪੈਸਾ ਜੇ ਸਰਕਾਰੀ ਤੌਰ ਤੇ ਚੱਲੇ ਤਾਂ ਸਰਕਾਰ ਦਾ ਮੁਨਾਫਾ ਹੋਵੇ ਤੇ ਇਹ ਬਿਲਕੁਲ ਕਾਮਨ ਸੈਂਸ ਦੀ ਗੱਲ ਆ ਤੇ ਫਿਰ ਇਹ ਚ ਮੈਨੂੰ ਭਲਾ ਦੱਸ ਦਿਓ ਵੀ ਕਾਰਪੋਰੇਟਸ ਦਾ ਹੋ ਰਿਹਾ ਹੈ ਕਿ ਦੇਸ਼ ਦਾ ਹੋ ਰਿਹਾ 2.5 ਮਹੀਨੇ ਧਰਨੇ ਪ੍ਰਦਰਸ਼ਨ ਹੋ ਗਏ ਵੱਡੇ ਮੋੜ ਆਏ 26 ਜਨਵਰੀ ਦੇ ਘਟਨਾਕ੍ਰਮ ਨੂੰ ਕਿਵੇਂ ਦੇਖ ਦਿਓ 26 ਜਨਵਰੀ ਦਾ ਜਿਹੜਾ ਮਾਜਾ ਸਾਹਿਬ ਘਟਨਾਕ੍ਰਮ ਹੋਇਆ ਨਾ ਇਹ ਲੋਕਾਂ ਨੇ ਨਹੀਂ ਕੀਤਾ ਸਰਕਾਰ ਵੱਲੋਂ ਕਰਾਇਆ ਗਿਆ ਗਵਰਨਮੈਂਟ ਨੇ ਪਲਾਨ ਕੀਤਾ ਇਹ ਸਰਕਾਰ ਕੋਲੇ ਬੜੀਆਂ ਏਜੰਸੀਆਂ ਬੜੇ ਲੋਕ ਹੁੰਦੇ ਆ ਜਿਨ੍ਹਾਂ ਦੇ ਥਰੂ ਗਵਰਨਮੈਂਟ ਇਹ ਜੇ ਪਹਿਲਾਂ ਵੀ ਇਹ ਜੀਆਂ ਸ਼ਰਾਰਤਾਂ ਕਰਦੀ ਰਹੀ ਆ ਤੇ ਉਹਨੇ ਕਰਦੇ ਰਹਿਣਾ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਬੜਾ ਕਹਿੰਦੇ 26 ਜਨਵਰੀ ਨੂੰ ਪਹਿਲਾਂ ਤਾਂ ਬੜਾ ਭਾਜਪੀ ਸ਼ਰਾਂਛ ਵੀ ਰੌਲਾ ਪਾਉਂਦੀ ਫਿਰਦੀ ਆ ਕਿ ਤਿਰੰਗੇ ਕਾ ਅਪਮਾਨ ਹੋਇਆ ਤੇ ਮੈਨੂੰ ਦੱਸ ਦਿਓ ਤਿਰੰਗੇ ਦਾ ਕਿੱਥੇ ਅਪਮਾਨ ਹੋ ਗਿਆ ਤਿਰੰਗੇ ਦੀ ਸ਼ਾਨੋ ਸ਼ੌਕਤ ਉਸੇ ਤਰੀਕੇ ਬਰਕਰਾਰ ਹੈ ਤਿਰੰਗੇ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਉਹ ਜਿਹੜੇ ਥੱਲੇ ਗੁੰਬਦ ਬਣੇ ਆ ਤੇ ਜਦੋਂ ਪਹਿਲਾਂ ਤਾਂ ਲੋਕ ਉਥੋਂ ਤੁਰਦੇ ਆ ਕਿਸਾਨੀ ਪ੍ਰੇਡ ਵਾਸਤੇ ਤੇ ਮੈਨੂੰ ਇਹ ਦੱਸੋ ਜਿਹੜੇ ਇੱਥੇ ਪੰਜਾਬ ਦੇ ਪਿੰਡਾਂ ਦੇ ਜਾਂ ਹਰਿਆਣੇ ਦੇ ਪਿੰਡਾਂ ਦੇ ਆਮ ਲੋਕ ਹੈ ਸ਼ਾਇਦ ਬਹੁਤ ਗਿਣਤੀ ਦੇ ਵਿੱਚ ਉਹ ਲੋਕ ਹੈ ਜਿਹੜੇ ਪਹਿਲੀ ਵਾਰੀ ਜ਼ਿੰਦਗੀ 'ਚ ਦਿੱਲੀ ਗਏ ਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਔਰ ਦਿੱਲੀ ਬਾਰੇ ਤੁਸੀਂ ਇੱਕ ਚੀਜ਼ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਬੰਦਾ ਕੋਈ ਦੱਸਾਂ ਵੀ ਹਾਂ ਦਿਨਾਂ ਬਾਅਦ ਵੀ ਦਿੱਲੀ ਜਾਂਦਾ ਨਾ ਤੇ ਰਸਤੇ ਉਹਨੂੰ ਵੀ ਯਾਦ ਨਹੀਂ ਰਹਿੰਦੇ ਉਹ ਵੀ ਅੱਜ ਕੱਲ੍ਹ ਅਗਲਾ ਗੂਗਲ ਮੈਪ ਲਾ ਕੇ ਮੈਪ ਦੇ ਸਾਰੇ ਜਾਂਦਾ ਤੇ ਆਮ ਲੋਕਾਂ ਨੂੰ ਕੀ ਪਤਾ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕੀ ਪਤਾ ਸੀ ਵੀ ਲਾਲ ਕਿਲਾ ਕਿਹੜੇ ਪਾਸੇ ਆ ਤੇ ਉਥੇ 26 ਜਨਵਰੀ ਦੇ ਦਿਨ ਲੋਕ ਐਂਟਰ ਕਰ ਜਾਣ ਉਹ ਲਾਲ ਕਿਲਾ ਜਿੱਥੇ ਆਮ ਦਿਨਾਂ ਦੇ ਵਿੱਚ ਪਰਿੰਦਾ ਪਰਣੀ ਮਾਰ ਸਕਦਾ ਤੇ ਸਰਕਾਰ ਨੇ ਲੋਕਾਂ ਨੂੰ ਕਿਹਾ ਬੈਰੀਕੇਡ ਹਟਾ ਦਿੱਤੇ ਗਏ ਵੇ ਇਧਰੋਂ ਚਲੋ ਸੰਗਤ ਉਸ ਬਹਾ ਚ ਵੰਦੀ ਗਈ ਤੇ ਜਦੋਂ ਲਾਲ ਕਿਲੇ ਅੱਗੇ ਐਡਾ ਵੱਡਾ ਇਕੱਠ ਹੋ ਗਿਆ ਬਿਚ ਸਰਕਾਰ ਦੇ ਬੜੇ ਸਾਰੇ ਏਜੰਸੀਆਂ ਦੇ ਬੰਦੇ ਹੁੰਦੇ ਆ ਬਹੁਤ ਸਾਰੇ ਅੱਛਾ ਇੱਕ ਹੋਰ ਵੀ ਹੁੰਦਾ ਦੋਸਤ ਪੰਜਾਬੀਆਂ ਦੀ ਜਿਹੜੀ ਤਬੀਅਤ ਆ ਨਾ ਸਾਡੀ ਜਿਹੜੀ ਸ਼ਖਸੀਅਤ ਆ ਪੰਜਾਬੀਆਂ ਦੀ ਅਸੀਂ ਬਾਗੀ ਸੁਭਾਅ ਦੇ ਲੋਕ ਆ ਅਸੀਂ ਹਾਂ ਜਦੋਂ ਫਿਰ ਸਾਡਾ ਕਿਤੇ ਪੇਚਾ ਪੈ ਜੇ ਨਾ ਤੇ ਅਸੀਂ ਫਿਰ ਉੱਥੇ ਜੰਗ ਜਿਹੜੀ ਉਹ ਇੱਕ ਠੋਕੇ ਲੜਦੇ ਆ ਤੇ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਮੌਬ ਲੋਕ ਇਕੱਠੇ ਹੋ ਜਾਂਦੇ ਆ ਤੇ ਫਿਰ ਉੱਥੇ ਲੋਕਾਂ ਦੇ ਵਿੱਚ ਬੜੇ ਹਰ ਸੋਚਦੇ ਲੋਕ ਹੁੰਦੇ ਆ ਉਦੋਂ ਅਕਸਾਏ ਜਾਂਦੇ ਆ ਤੇ ਉਹੀ ਅਕਸਾਹ ਜਿਹੜਾ ਪੈਦਾ ਕੀਤਾ ਗਿਆ ਸੰਗਤ ਨੇ ਇੱਕ ਸਿੰਬੋਲਿਕ ਸੀ ਵੈਸੇ ਉਹ ਮੈਂ ਤਾਂ ਉਹਨੂੰ ਕੋਈ ਗਲਤ ਨਹੀਂ ਮੰਨਦਾ ਐਡਾ ਕੱਡਾ ਕ ਲੋੜਾ ਆ ਗਿਆ ਯਾਰ ਜੇ ਉੱਥੇ ਉੱਥੇ ਕਿਸਾਨੀ ਦਾ ਝੰਡਾ ਲਾਤਾ ਕਿਸਾਨੀ ਵੀ ਤਾਂ ਦੇਸ਼ ਦੀ ਰੀੜ ਦੀ ਹੱਡੀ ਆ ਨਿਸ਼ਾਨ ਨਿਸ਼ਾਨ ਸਾਹਿਬ ਦਾ ਉੱਥੇ ਕਿਉਂਕਿ ਤਿਰੰਗੇ ਦਾ ਅਪਮਾਨ ਨਹੀਂ ਹੋਇਆ ਮੈਂ ਫੇਰ ਆਪਣੀ ਗੱਲ ਦੁਹਰਾ ਰਿਹਾ ਆਂ ਤਰੰਗਾ ਦਾ ਅਪਮਾਨ ਨਹੀਂ ਹੋਇਆ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤਿਰੰਗਾ ਉੱਪਰ ਸੀ نیچے ਝੰਡੇ ਲਗਾ ਦੇ ਫਿਰ ਕੀ ਹੋ ਗਿਆ ਬਿਲਕੁਲ ਜੇ ਨੀਚੇ ਵਾਲੇ ਜਿਹੜੇ ਗੁੰਬਦ ਨੇ ਜੀ ਉਹਨਾਂ ਤੇ ਝੰਡੀ ਲਾਤੀ ਜਾਂ ਝੰਡਾ ਲਾਤਾ ਤੇ ਕਿੱਡਾ ਕੁ ਲੋੜਾ ਆ ਗਿਆ ਇਹੀ ਲਾਲ ਕਿਲਾ ਇੱਥੇ ਨਿਸ਼ਾਨ ਸਾਹਿਬ ਝੂਲਦੇ ਰਹੇ ਆ ਉਹੀ ਸਿੱਖ ਕੌਮ ਜਿਹਨੇ ਇਸ ਦੇਸ਼ ਨੂੰ ਜਦੋਂ ਵੀ ਕਿਤੇ ਕੋਈ ਦੇਸ਼ ਤੇ ਭੀੜ ਪੈਂਦੀ ਆ ਤੇ ਸਭ ਤੋਂ ਮੂਰੇ ਖਾਲਸਾ ਏਡ ਜਾਂ ਸਿੱਖ ਜਥੇਬੰਦੀਆਂ ਹੁੰਦੀਆਂ ਉਤਰਾਖੰਡ ਦੇ ਵਿੱਚ ਗਲੇਸ਼ੀਅਰ ਜਿਹੜਾ ਹੜਾ ਆ ਗਲੇਸ਼ੀਅਰ ਕਰਕੇ ਤੇ ਅੱਜ ਤੁਸੀਂ ਜਾ ਕੇ ਦੇਖੋ ਉਹੀ ਖਾਲਸਾ ਏਡ ਉਹੀ ਜਿਹੜੀਆਂ ਸਿੱਖ ਜਥੇਬੰਦੀਆਂ ਲੋਕਾਂ ਨੂੰ ਵਿਚਾਰੀਆਂ ਨੇ ਲੋਕਾਂ ਨੂੰ ਲੋਕਾਂ ਦੇ ਮੂੰਹ 'ਚ ਅਨਪਾਣੀ ਪਾ ਰਹੀਆਂ ਰਾਹਤ ਕਾਰਜਾਂ 'ਚ ਲੱਗੀਆਂ ਹੋਈਆਂ ਤੇ ਕਿੱਡਾ ਘਲੋੜਾ ਆਗਾ ਜੇ ਲੋਕਾਂ ਨੇ ਸੰਬੋਲਿਕ ਉਥੇ ਆਪ ਦਾ ਇੱਕ ਕਿਸਾਨੀ ਦਾ ਤੇ ਝੰਡਾ ਲਾਤਾ ਤੇ ਉਥੇ ਨਿਸ਼ਾਨ ਸਾਹਿਬ ਲਾਤਾ ਐਡੀ ਕਿੱਡੀ ਗੱਲ ਹੋ ਗਈ ਸੀ ਲਗਾ ਵੀ ਦਿੱਤਾ ਝੰਡਾ ਲਗਾਉਣ ਤੋਂ ਬਾਅਦ ਵੱਡੀ ਗੱਲ ਸਾਹਮਣੇ ਆਈ ਗ੍ਰਿਫਤਾਰੀਆਂ ਹੋ ਰਹੀਆਂ ਨੇ ਸੈਂਕੜੇ ਨੌਜਵਾਨ ਗੁੰਮ ਹੋਏ ਪਏ ਨੇ ਲਾਪਤਾ ਨੇ ਕਿ ਕਿੱਥੇ ਨੇ ਕੋਈ ਕਿਸੇ ਜੇਲ੍ਹ ਚਾ ਕੋਈ ਕਿਸੇ ਜੇਲ੍ਹ ਚਾ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਆ ਕਿਵੇਂ ਦੇਖ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਦੀਪ ਸਿੱਧੂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਤਾਂ ਚਲੋ ਕੀ ਸਹੀ ਆ ਕੀ ਗਲਤ ਆ ਉਹ ਤਾਂ ਆਉਣ ਵਾਲੇ ਸਮੇਂ ਚ ਜਦੋਂ ਇਨਵੈਸਟੀਗੇਸ਼ਨ ਹੋਣੀ ਆ ਨਾ ਇਹ ਤਾਂ ਉਦੋਂ ਪਤਾ ਲੱਗਣਾ ਪਰ ਜਿਹੜਾ ਇਹਨਾਂ ਨੇ ਇੱਕ ਉਹਦੇ ਤੇ ਇਲਜ਼ਾਮ ਲਾਇਆ ਕੇ ਦੀਪ ਸਿੱਧੂ ਨੇ ਸਾਰਾ ਇਹ ਮੌਬ ਜੜਾ ਹੈ ਉਥੇ ਲੱਖਾਂ ਦੀ ਗਿਣਤੀ ਚ ਲੋਕਾਂ ਨੂੰ ਲੈ ਕੇ ਯਾਰ ਦੀਪ ਸਿੱਧੂ ਨਾ ਤਾਂ ਕੋਈ ਕਿਸੇ ਬਹੁਤ ਵੱਡੀ ਜਥੇਬੰਦੀ ਦਾ ਲੀਡਰ ਹੈ ਉਹਦੇ ਪਿੱਛੇ ਕੋਈ ਬੜੇ ਲੱਖਾਂ ਲੋਕ ਨਹੀਂ ਠੀਕ ਹੈ ਉਹ ਇੱਕ ਫਿਲਮ ਇੰਡਸਟਰੀ ਨਾਲ ਸੰਬੰਧਤ ਹੈ ਉਹਨੂੰ ਉਹਨਾਂ ਲੋਕ ਪਿਆਰ ਪ੍ਰੇਮ ਕਰਦੇ ਆ ਪਰ ਦੀਪ ਸਿੱਧੂ ਨੂੰ ਜੇ ਆਪਾਂ ਕਹੀਏ ਨਾ ਵੀ ਕੋਈ ਬਹੁਤ ਕੋਈ ਐਡਾ ਵੱਡਾ ਉਹ ਸਟਾਰ ਆ ਮੈਨੂੰ ਬੱਚਾ ਬੱਚਾ ਹੀ ਜਾਣਦਾ ਨਹੀਂ ਉਹਨੂੰ ਠੀਕ ਹੈ ਉਹਨਾਂ ਯੂਥ ਤੋਂ ਜਾਣਦਾ ਔਰ ਜਿਹੜੀ ਵੀਡੀਓ ਮੈਂ ਤਾਂ ਇੱਕ ਵੀਡੀਓ ਦੇਖੀ ਆ ਉਹਦੇ ਚ ਤਾਂ ਆਲਰੇਡੀ ਜਿਹੜੇ ਹੋਰ ਕੁਝ ਨੌਜਵਾਨ ਜਿਹੜੇ ਝੰਡਾ ਚੁਲਾ ਰਹੇ ਆ ਤੇ ਉਹ ਸਿਰਫ ਇੱਕ ਲਾਈਵ ਹੋਇਆ ਹੋਇਆ ਵਿਆਹ ਦੇਖੋ ਨੌਜਵਾਨਾਂ ਨੇ ਅੱਜ ਝੰਡਾ ਜੋ ਵੀ ਚਲੋ ਤਾਂ ਇੱਕ ਸਟਾਈਲ ਸੀਗਾ ਪਰ ਉਹ ਚ ਕਿਤੇ ਵੀ ਮੈਨੂੰ ਤਾਂ ਦਿਖਿਆ ਨਹੀਂ ਵੀ ਦੀਪ ਸਿੱਧੂ ਕਿਤੇ ਕੋਈ ਜਿਹੜੇ ਉੱਥੇ ਲੋਕ ਨੇ ਜਾਂ ਜਿਹੜੇ ਉੱਥੇ ਸੰਗਤ ਇਕੱਠੀ ਹੋਈ ਸੀ ਉਹਨੂੰ ਭੜਕਾ ਰਿਆ ਹੋਵੇ ਉਹ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਬਾਕੀ ਜਿਹੜਾ ਪਰਚਾ ਹੋਇਆ ਹੈ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏਗਾ ਪਰਚੇ ਪਰਚੇ ਬਹੁਤ ਧਰਾਵਾਂ ਬਹੁਤ ਸਖਤ ਲਗੀਆਂ 307 ਦੀ ਲੱਗੀ ਆ ਹੋਰ ਬਹੁਤ ਸਾਰੀਆਂ ਧਰਾਵਾਂ ਲਾਈਆਂ ਨੇ ਕਿਵੇਂ ਦੇਖ ਦਿਓ ਸਰਵਾਮਤਾ ਸਰਕਾਰ ਦਾ ਕੰਮ ਹੁੰਦਾ ਹੈ ਮਨਜੀ ਜਦੋਂ ਇਹੀ ਕਾਲੇ ਕਾਨੂੰਨਾਂ ਦੇ ਖਿਲਾਫ ਲੋਕਨ ਸਾਹਿਬ ਪਾਰਟੀ ਨੇ ਨਾ ਪੰਜਾਬ ਚ ਸਭ ਤੋਂ ਪਹਿਲਾ ਸੰਘਰਸ਼ ਵੜਿਆ ਸੀ 22 ਜੂਨ ਤੋਂ ਲੈ ਕੇ 27 ਜੂਨ ਤੱਕ 5 ਦਿਨਾਂ ਦੀ ਸਾਈਕਲ ਯਾਤਰਾ ਕੀਤੀ ਜਦੋਂ ਸੜਕਾਂ ਦੇ ਕਿਨਾਰਿਆਂ ਤੇ ਰਾਤਾਂ ਕੱਟੀਆਂ ਤੇ ਸੀਐਮ ਸਾਹਿਬ ਨੂੰ ਜਦੋਂ ਅਸੀਂ ਮੰਗ ਪੱਤਰ ਦਿੱਤਾ ਸੀ ਕਿ ਰੱਦ ਕਰਨ ਦਾ ਮਤਾ ਇਸ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪੰਜਾਬ ਵਿਧਾਨ ਸਭਾ ਚ ਲੈ ਕੇ ਆਓ ਉਦੋਂ ਤਾਂ ਚਲੋ ਹੁਣ ਤਾਂ ਸੀਐਮ ਸਾਹਿਬ ਅੱਜਕੱਲ ਬੜੇ ਕਿਸਾਨਾਂ ਦੇ ਹੱਕ ਚ ਹੋਏ ਹੋਏ ਆ ਨਾ ਇਹ ਕਾਨੂੰਨਾਂ ਦੇ ਖਿਲਾਫ ਪਰ ਉਦੋਂ ਇਹੀ ਸੀਐਮ ਸਾਡੇ ਬੜਾ ਖਿਲਾਫ ਸੀਗਾ ਪੰਜ ਦਿਨਾਂ ਚ ਸੱਤ ਪਰਚੇ ਦਰਜ ਹੋਏ ਤੇ ਉਹ ਸੱਤ ਪਰਚਿਆਂ ਦੇ ਵਿੱਚ ਸਾਡੇ ਦੇ ਬੜੀਆਂ ਠੋਕੇ ਧਰਾਵਾਂ ਲਾਈਆਂ ਸੋ ਇਹ ਤਾਂ ਕੰਮ ਹੁੰਦਾ ਸਰਕਾਰ ਦਾ ਜਦੋਂ ਉਹਨਾਂ ਨੇ ਪਰਚਾ ਦੇਣਾ ਨਾ ਫਿਰ ਠੋਕੇ ਦਿੰਦੇ ਆ ਆਪਣੇ ਵੱਲੋਂ ਤਾਂ ਬਾਕੀ ਫਿਰ ਅਦਾਲਤਾਂ ਹੈਗੀਆਂ ਨੇ ਉੱਥੇ ਕੇਸ ਚੱਲਦੇ ਆ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਨਿਆ ਮਿਲਦਾ ਬੇਸੇ ਰਾਜਨੀਤਿਕ ਪਾਰਟੀ ਨੂੰ ਕਿਸਾਨਾਂ ਆਗੂ ਕਹਿ ਰਹੇ ਨੇ ਕਿ ਰਾਜਨੀਤੀ ਹੋ ਰਹੀ ਆ ਵੀ ਪੂਰੀ ਕੋਈ ਵੀ ਕਿਸੇ ਵੀ ਕਿਸਮ ਦੀ ਕਰ ਰਹੀ ਆ ਵੀ ਸਿਰਫ ਰਾਜਨੀਤੀ ਕਰ ਰਹੀ ਆ ਆਪਣੀਆਂ ਰੋਟੀਆਂ ਸੇਕਣ ਵਾਸਤੇ ਕਰ ਰਹੇ ਨੇ ਕੀ ਲੱਗਦਾ ਤੁਹਾਨੂੰ ਅੱਜ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਜ਼ੋਰ ਸ਼ੋਰ ਨਾਲ ਬੋਲ ਰਿਹਾ ਰਹੇ ਨੇ ਹਰਸਿਮਰਤ ਬਾਦਲ ਬਹੁਤ ਜ਼ੋਰ ਸ਼ੋਰ ਨਾਲ ਬੋਲੀ ਆ ਕਿਵੇਂ ਦੇਖਦੇ ਹੋ ਵੀ ਹੱਕ ਚ ਕਿਸਾਨਾਂ ਦੇ ਉਹਨਾਂ ਨੇ ਪੂਰੇ ਬਿਆਨ ਦਿੱਤੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਅਮਨ ਜੀ ਅੱਜ ਜਿਹੜੀ ਹਰਸਿਮਰਤ कौर ਬਾਦਲ ਅੱਜ ਬੋਲਣ ਵਾਲੀ ਹੋ ਗਈ ਤੇ ਜਦ ਇਹ ਹੀ ਬਿਲ ਪਾਸ ਹੋ ਰਹੇ ਸੀਗੇ ਉਦੋਂ ਇਹ ਕੇਂਦਰੀ ਮੰਤਰੀ ਹੁੰਦੀ ਸੀ ਦਸਕਤ ਇਹਦੇ ਵੀ ਹੋਏ ਆ ਔਰ ਬਾਦਲਾਂ ਦੇ ਟੱਬਰ ਦਾ ਇੱਕ ਇੱਕ ਬੱਚਾ ਬੱਚਾ ਈਵਨ ਕੇ ਵੱਡੇ ਬਾਦਲ ਸਾਹਿਬ ਆਮ ਤੱਕ ਇਹ ਦੇਖਦੇ ਨਹੀਂ ਪਰ ਉਦੋਂ ਇਹ ਵੱਡੇ ਬਾਦਲ ਨੂੰ ਵੀ ਅੰਦਰੋਂ ਕੱਢ ਲਏ ਸੀਗੇ ਇਹਨਾਂ ਕਾਲੇ ਕਾਨੂੰਨਾਂ ਨੂੰ ਬੜਾ ਚੰਗਾ ਦੱਸਣ ਵਾਸਤੇ ਬੜਾ ਟੈਲੀਵਿਜ਼ਨਾਂ ਦੇ ਉੱਪਰ ਸੋਸ਼ਲ ਮੀਡੀਆ ਤੇ ਵੱਡੇ ਬਾਦਲ ਸਾਹਿਬ ਦੀ ਵੀ ਵੀਡੀਓ ਹਜੇ ਤੱਕ ਪਈ ਆ ਜੀ ਜੋ ਕਹਿ ਰਹੇ ਆ ਵੀ ਮੈਂ ਜਿਹੜੇ ਕਾਨੂੰਨ ਨੇ ਬੜੇ ਲਾਹੇਬੰਦ ਨੇ ਬੜੇ ਚੰਗੇ ਆ ਸੁਖਬੀਰ ਅੱਡ ਕਹਿ ਰਿਹਾ ਇਹੀ ਬੀਬਾ ਬਾਦਲ ਅੱਡ ਕਹਿ ਰਹੀ ਆ ਇਹ ਤਾਂ ਬਾਅਦ ਚ ਵੀ ਕਹਿੰਦੀ ਹੁੰਦੀ ਸੀ ਵੀ ਇਹ ਮੈਂ ਨਹੀਂ ਇਹ ਕਹਿੰਦੀ ਵੀ ਕਾਨੂੰਨ ਮਾੜੇ ਆ ਮਾਨ ਸਾਹਿਬ ਮਾਨ ਸਾਹਿਬ ਮਾਨ ਕਹਿੰਦੇ ਸੀ ਇਹ ਕਾਨੂੰਨ ਮਾੜੇ ਆ ਠੀਕ ਹੈ ਇਹ ਬੀਬਾ ਬਾਦਲ ਦੇ ਬਿਆਨ ਨੇ ਔਨ ਰਿਕਾਰਡ ਮੀਡੀਆ ਦੇ ਸਾਹਮਣੇ ਵੀ ਮੈਂ ਤਾਂ ਇਹ ਕਾਨੂੰਨਾਂ ਨੂੰ ਨਹੀਂ ਮਾੜਾ ਮੰਦੀ ਕਿਸਾਨ ਕਹਿੰਦੇ ਇਸ ਲਈ ਅਸੀਂ ਕਹਿੰਦੇ ਵੀ ਮਾੜੇ ਆ ਤੇ ਇਹੀ ਬੀਬਾ ਬਾਦਲ ਅੱਜ ਜਾ ਕੇ ਉੱਥੇ ਰੌਲਾ ਪਾਉਣ ਵਾਲੀ ਹੋਗੀ ਸੋਏ ਲੋਕਾਂ ਦੇ ਡਬਲ ਸਟੈਂਡਰਡਸ ਨੇ ਇਹਨਾਂ ਦਾ ਕੋਈ ਵੈਸੇ ਰੋਲਾ ਸਾਰੇ ਪਾ ਰਹੇ ਨੇ ਅਕਾਲੀ ਦਲ ਬਾਦਲ ਦੀ ਤੁਸੀਂ ਗੱਲ ਕਰਦੇ ਹੋ ਕਾਂਗਰਸੀ ਵੀ ਉਦੋਂ ਮੈਂਬਰ ਪਾਰਲੀਮੈਂਟ ਸੀ ਉੱਥੇ ਪਾਰਲੀਮੈਂਟ ਜੀ ਬੈਠੇ ਸੀ ਜਦੋਂ ਇਹ ਕਾਨੂੰਨ ਲਿਆਂਦੇਗੇ ਉਹ ਤਾਂ ਸਾਰੇ ਚੁੱਪਚਾਪ ਸੀ ਸਾਰੇ ਕਿਸੇ ਵੀ ਪਾਰਟੀ ਦੀ ਆਪਾਂ ਗੱਲ ਕਰੀਏ ਪਰ ਜਦੋਂ ਪੂਰਾ ਕਿਸਾਨਾਂ ਦਾ ਦਬਾਅ ਵੱਧ ਗਿਆ ਉਸ ਤੋਂ ਬਾਅਦ ਤੇਬਰ ਚੇਂਜ ਨਹੀਂ ਹੋਇਆ ਮੈਂ ਤੁਹਾਨੂੰ ਦੱਸ ਕੇ ਟਿਆ ਨਾ ਇਹੀ ਕਾਂਗਰਸ ਪਾਰਟੀ ਦੇ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਇਹੀ ਕਾਲੇ ਕਾਨੂੰਨਾਂ ਦੇ ਖਿਲਾਫ ਜਦੋਂ ਅਸੀਂ ਆਵਾਜ਼ ਬੁਲੰਦ ਕੀਤੀ ਸਾਈਕਲ ਯਾਤਰਾ ਦੇ ਦੌਰਾਨ ਉਦੋਂ ਸਾਡੇ ਦੇ ਪਰਚੇ ਦਿੰਦਾ ਸੀ ਉਦੋਂ ਸਾਡੇ ਤੇ 5 ਦਿਨਾਂ ਦੇ ਵਿੱਚ 7 ਪਰਚੇ ਦੇ ਨੇ ਉਹ ਵੀ ਐ ਠੋਕੇ ਧਰਾਵਾ ਲਾਉਣੀਆਂ ਕਿੱਡਾ ਕਬੜਾ ਸੀ ਗੁਨਾਹ ਕਰਤਾ ਸੀ ਅਸੀਂ ਇਹ ਕਾਨੂੰਨਾਂ ਦੇ ਖਿਲਾਫ ਬਾਜੀ ਉਠਾਈ ਸੀ ਨਾ ਲੋਕਾਂ ਨੂੰ ਜਾਗਰੂਕੀ ਕਰ ਰਹੇ ਸੀ ਮਾਝੇ ਦੁਆਬੇ ਦੇ ਵਿੱਚ ਮਾਲਵੇ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਜੋਰ ਰਿਆ ਪਰ ਮਾਝੇ ਤੇ ਦੁਆਬੇ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਇੰਨਾ ਉਦੋਂ ਪ੍ਰਭਾਵ ਨਹੀਂ ਸੀ ਤੇ ਉੱਥੇ ਜਾਗਰੂਕ ਕਰਨ ਵਾਸਤੇ ਲੱਖਾਂ ਦੀ ਗਿਣਤੀ ਚ ਪੈਂਫਲੈਟ ਵੰਡੇ ਲੋਕਾਂ ਨਾਲ ਸੰਵਾਦ ਕੀਤੇ ਤੇ ਉਦੋਂ ਅਸੀਂ ਕਿੱਡਾ ਕ ਮਾੜਾ ਕਰਮ ਕਰ ਰਹੇ ਸੀ ਅੱਜ ਸੀਐਮ ਸਾਹਿਬ ਇਹ ਕਾਨੂੰਨਾਂ ਦੇ ਖਿਲਾਫ ਹੋਏ ਆ ਤੇ ਉਦੋਂ ਸਾਡੇ ਦੇ ਪਰਚੇ ਦਿੰਦਾ ਸੀ ਉਦੋਂ ਕਿੱਥੇ ਸੀ ਸੀਐਮ ਉਦੋਂ ਕਿੱਥੇ ਸੀਗੇ ਮੈਂਬਰ ਪਾਰਲੀਮੈਂਟ ਉਦੋਂ ਕਿੱਥੇ ਤੇ ਐਮਐਲਏ ਤੇ ਮੰਤਰੀ ਜਿਹੜੇ ਅੱਜ ਬਿਆਨ ਦਿੰਦਿਆ ਅਖਬਾਰਾਂ ਦੇ ਵਿੱਚ ਇਹ ਲੋਕਾਂ ਦੇ ਡਬਲ ਸਟੈਂਡਰਡਸ ਨੇ ਇਹ ਕਹਿਣ ਨੂੰ ਇਹ ਐਮਐਲਏ ਐਮਪੀ ਜਿਹੜੇ ਹੁਣ ਕਾਂਗਰਸੀ ਆ ਨਾ ਇਹ ਕਹਿਣ ਨੂੰ ਇਹ ਰਹਿ ਗਏ ਕਾਂਗਰਸ ਦੇ ਇਹ ਇਸ਼ਾਰਾ ਦਾ ਸਾਰਾ ਦਿੱਲੀੋਂ ਅਮਿਤਸ਼ਾ ਦੇ ਦਫ਼ਤਰ ਚ ਜੋ ਕਹਿੰਦੇ ਆ ਤੇ ਉਹੀ ਕਰਦੇ ਆ ਲੋਕ ਇਨਸਾਫ ਪਾਰਟੀ ਦਾ ਸਟੈਂਡ ਕੀ ਆ ਕਿਸਾਨਾਂ ਦਾ ਕਿੰਨਾ ਕੁ ਵੱਡਾ ਸਟੈਂਡ ਆ ਤੁਹਾਡਾ ਜੋ ਸਟੈਂਡ ਸਾਡਾ ਪਹਿਲੇ ਦਿਨ ਸੀ ਜੋ ਸਟੈਂਡ ਬੈਂਸ ਸਾਹਿਬ ਨੇ 22 ਜੂਨ ਜਿਸ ਦਿਨ ਇਹ ਇਹਦੇ ਖਿਲਾਫ ਪਹਿਲਾ ਸੰਘਰਸ਼ ਵੜਿਆ ਸੀ ਜੋ ਸਟੈਂਡ ਉਦੋਂ ਸੀ ਉਹੀ ਸਟੈਂਡ ਅੱਜ ਆ ਉਦੋਂ ਵੀ ਸੀ ਕਹਿੰਦੇ ਸੀ ਇਹ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਤੇ ਅੱਜ ਵੀ ਕਹਿੰਦੇ ਆ ਵੀ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਔਰ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਹੁਣ ਅਸੀਂ ਜਿਹੜਾ ਫੈਸਲਾ ਲਿਆ ਸੀ ਪਿੱਛੇ ਵੀ ਜੋ ਕਿਸਾਨ ਜਥੇਬੰਦੀਆਂ ਪ੍ਰੋਗਰਾਮ ਦੇਣਗੀਆਂ ਲੋਕ ਇਨਸਾਫ ਪਾਰਟੀ ਦਾ ਹਰ ਇੱਕ ਵਰਕਰ ਹਰ ਇੱਕ ਅਹੁਦੇਦਾਰ ਉਹਨਾਂ ਪ੍ਰੋਗਰਾਮਾਂ ਚ ਵੱਧ ਚੜ ਕੇ ਹਿੱਸਾ ਲਊਗਾ ਕਿਉਂਕਿ ਅਸੀਂ ਇਸ ਅੰਦੋਲਨ ਨੂੰ ਉਤਾਰ ਵੀ ਡੋ ਨਹੀਂ ਕਰਨਾ ਚਾਹੁੰਦੇ ਜਿਵੇਂ ਕਾਂਗਰਸ ਲੱਗੀ ਆ ਨਾ ਜਾਂ ਜਿਵੇਂ ਅਕਾਲੀ ਲੱਗੇ ਆ ਆਪਦੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਸਾਡੇ ਲਈ ਇਹ ਅੰਦੋਲਨ ਸਿਆਸਤ ਨਹੀਂ ਹੈ ਸਿਆਸਤ ਕਰਨ ਵਾਸਤੇ ਹੋਰ ਬਹੁਤ ਮੁੱਦੇ ਆ ਪੰਜਾਬ ਦੇ ਵਿੱਚ ਪਰ ਇਹ ਮੁੱਦਾ ਪੰਜਾਬ ਦੀ ਹੋਂਦ ਦਾ ਹੈ ਪੰਜਾਬ ਦੀ ਅਣਖ ਦਾ ਮੁੱਦਾ ਹੈ ਤੇ ਜੇ ਅੱਜ ਕੀ ਵੀ ਅਸੀਂ ਖੁੰਝ ਗਏ ਨਾ ਤਾਂ ਇਹਦਾ ਨੁਕਸਾਨ ਐਸਾ ਹੋਣਾ ਪੰਜਾਬੀਆਂ ਨੂੰ ਕਿ ਮੁੜ ਕੇ ਸਦੀਆਂ ਤੱਕ ਪਰਪਾਈ ਨਹੀਂ ਹੋ ਸਕਣੀ ਪਰਮਾਨੰਥ ਸਾਹਿਬ ਕੀ ਬਣੂਗਾ ਤੁਹਾਨੂੰ ਕੀ ਲੱਗਦਾ ਰੂਪਰੇਖਾ ਅਗਲੀ ਕਿਵੇਂ ਦੀ ਹੋਊਗੀ ਕਿੰਨਾ ਲੰਬਾ ਚੱਲ ਰਿਹਾ ਸਰਕਾਰਾਂ ਉੱਥੇ ਖੜੀਆਂ ਨੇ ਕਿਸਾਨ ਕਹਿ ਰਹੇ ਨੇ ਕਿ ਜੈਸ ਔਰ ਨੋ ਖੇਤੀ ਕਾਨੂੰਨ ਰੱਦ ਕਰੋ ਜਾ ਸਾਨੂੰ ਨੋ ਕਹੋ ਬਸ ਸਿੱਧੀ ਗੱਲ ਆ ਕਹਿੰਦੇ ਨੇ ਪੂਰਾ ਕਰਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਪ੍ਰਸਤਾਵ ਨੂੰ ਦੇਖੋ ਅਸੀਂ ਪ੍ਰਸਤਾਵ ਦਿੱਤਾ ਅਸੀਂ ਡੇਢ ਸਾਲ ਲਈ ਰੱਦ ਕਰ ਦਿੰਦੇ ਆ ਜਾਂ ਇੱਕ ਵਾਰੀ ਲਾਗੂ ਕਰਵਾ ਕੇ ਦੇਖ ਲਓ ਜੇ ਕੋਈ ਘਾਟ ਹੋ ਅਸੀਂ ਦੁਬਾਰਾ ਫੇਰ ਉਹਨਾਂ ਨੂੰ ਰੱਦ ਕਰ ਦਾਂਗੇ ਉਹਨਾਂ ਵਾਸਤੇ ਸੌਦਾ ਕਰਦਾਂਗੇ ਕਿਵੇਂ ਦੇਖ ਦਿਓ ਦਿੱਲੀ ਦੀ ਸਰਕਾਰ ਦੀਆਂ ਚੂੜਾਂ ਹਿੱਲੀਆਂ ਪਈਆਂ ਨੇ ਮੋਦੀ ਸਾਹਿਬ ਉਤੋਂ ਤੋਂ ਤੋਂ ਬੜਕਾ ਮਾਰਦਾ ਅੰਦਰੋਂ ਮੋਦੀ ਦੇ ਵੀ ਗੋਡੇ ਕੰਬ ਰਹੇ ਆ ਤੇ ਮੋਦੀ ਉਨੂੰ ਇਹ ਵੀ ਸ਼ਾਇਦ ਕੀ ਪਤਾ ਨਹੀਂ ਬਹਾਨੀ ਹੈ ਅੰਦੋਲਨ ਕਿਤਨਾ ਕਦੇ ਖਤਮ ਹੋ ਜਾਏ ਜਿਹੜਾ 26 ਤਰੀਕ ਨੂੰ ਸਰਕਾਰ ਨੇ ਪਲਾਨ ਬਣਾਇਆ ਸੀ ਸਰਕਾਰ ਕਾਮਯਾਬ ਹੋ ਗਈ ਸੀ ਉਸ ਪਲਾਨ ਦੇ ਵਿੱਚ ਇੱਕ ਵਾਰੀ ਅੰਦੋਲਨ ਹਿੱਲ ਗਿਆ ਸੀ ਮੈਂ ਧੰਨਵਾਦ ਕਰਦਾ ਟਕੈਤ ਸਾਹਿਬ ਦਾ ਔਰ ਬਾਕੀ ਕੁਦਰਤ ਨਾਲ ਬੜੀ ਬੇਅੰਤ ਹੈ ਅਮਨ ਜੀ ਵੈਰੂ ਕਾਲਪੁਰਖ ਨਾਲ ਜਦੋਂ ਇਹ ਅੰਦੋਲਨ ਕਿਸੇ ਜਥੇਬੰਦੀ ਦਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਇਹ ਉਹ ਅੰਦੋਲਨ ਹੈ ਜਿਹੜਾ ਪ੍ਰਮਾਤਮਾ ਸਦੀਆਂ ਚ ਕਦੇ ਇਹ ਜਿਹੇ ਅੰਦੋਲਨ ਉੱਠਦੇ ਆ ਤੇ ਕੁਦਰਤ ਪਲਾਨ ਕਰਦੀ ਹੈ ਇਹ ਚੀਜ਼ਾਂ ਤੇ ਵੈਗੁਰੂ ਕਾਲਪੁਰਖ ਨੇ ਲੋਕਾਂ ਵਿੱਚ ਦੀ ਆ ਕੇ ਇਹ ਅੰਦੋਲਨ ਖੜਾ ਕੀਤਾ ਤੇ ਜਦੋਂ ਰਕੇਸ਼ ਤਕਾਇਤ ਜੀ ਨਾਲ ਜੋ ਹੋਇਆ ਜਿਸ ਤਰੀਕੇ ਉਹ ਬੰਦਾ ਦਿਲੋਂ ਰੋਇਆ ਉਸ ਦਿਨ ਉਹਦਾ ਚੰਗੇ ਕਰਮ ਕਿ ਉਹਦੇ ਕੋਲੇ ਮੀਡੀਆ ਸੀ ਨਹੀਂ ਉਹਨੂੰ ਵੀ ਚੱਕ ਕੇ ਪਰਚਾ ਦੇ ਕੇ ਅੰਦਰ ਤੋਨ ਦਿੰਦੇ ਇਹ ਤੇ ਸੰਗਤ ਉਸੇ ਜਿਹੜਾ ਖਤਮ ਹੋ ਰਿਹਾ ਮੋਰਚਾ ਤੇ ਰਾਤੋਂ ਰਾਤ ਫਿਰ ਬਾਰਡਰ ਟੱਪ ਕੇ ਪਹੁੰਚ ਗਈ ਨਾ ਉੱਥੇ ਜਿਹੜੀ ਦਿੱਲੀ ਦੀ ਫੋਰਸਾਂ ਤੇ ਦੂਜੀਆਂ ਪੈਰਾਮਿਲਟਰੀ ਲਾ ਕੇ ਇਹ ਖਦੇੜ ਨੂੰ ਫਿਰਦੇ ਸੀ 26 ਜਨਵਰੀ ਦਾ ਬਹਾਨਾ ਲੈ ਕੇ ਲਾਲ ਕਿਲੇ ਵਾਲਾ ਤੇ ਦੁਬਾਰੇ ਅੰਦੋਲਨ ਜਿਹੜਾ ਬੜੀ ਚੜ੍ਹਦੀ ਕਲਾ ਚ ਇੱਕ ਇੱਕ ਵੱਡੀ ਗੱਲ ਮਾਨ ਸਾਹਿਬ ਪਹਿਲਾਂ ਪੰਜਾਬ ਹਰਿਆਣਾ ਨੂੰ ਕਹਿੰਦੇ ਸੀ ਕਿ ਪੰਜਾਬ ਹਰਿਆਣਾ ਪੂਰਾ ਦੂਜੀਆਂ ਸਟੇਟਾਂ ਘਟ ਨੇ ਤੁਹਾਨੂੰ ਕੀ ਲੱਗਦਾ ਹੁਣ ਦੁਬਾਰਾ ਜਦੋਂ ਗਾਜੀਪੁਰ ਬਾਰਡਰ ਤੇ ਵੱਡੀ ਗਿਣਤੀ ਚ ਰਾਕੇਸਟ ਕੈਸਟ ਦੇ ਪਿੱਛੇ ਯੂਪੀ ਤੋਂ ਲੋਕ ਆ ਗਏ ਹੋਰ ਸਟੇਟਾਂ ਤੋਂ ਆ ਗਏ ਤੁਹਾਨੂੰ ਕੀ ਲੱਗਦਾ ਯੂਪੀ ਵੱਡੀ ਸਟੇਟ ਆ ਜੀ ਤੇ ਪੂਰੀ ਆਪਣੇ ਦੇਸ਼ ਦੀ ਸਰਕਾਰ ਨਿਰਪਰਾ ਵੀ ਵੱਡਾ ਝਟਕਾ ਲੱਗਿਆ ਆਪਣੀ ਕੇਂਦਰ ਸਰਕਾਰ ਨੂੰ ਤੁਹਾਡੀ ਗੱਲ 16 ਨੇ ਸਹੀ ਆ ਮੈਂ ਇੱਕ ਸਿਹਰਾ ਵੀ ਦੇਣਾ ਚਾਹੁੰਦਾ ਕਿਆ ਸਾਵਨੂ ਵੀ ਸਮੂਜ ਜਥੇਬੰਦੀਆਂ ਨੂੰ ਵੀ ਹੁਣ ਪੰਜਾਬ ਹਰਿਆਣਾ ਚ ਤਾਂ ਅੰਦੋਲਨ ਜਿਹੜਾ ਹੈ ਉਹ ਲੋਕ ਲਾਮਬੰਦ ਹੈਗੇ ਆ ਹੁਣ ਵੇਲਾ ਆ ਗਿਆ ਜਦੋਂ ਯੂਪੀ ਨੂੰ ਲਾਮਬੰਦ ਕਰਨ ਦਾ ਕਿਉਂਕਿ ਯੂਪੀ ਦੇ ਵਿੱਚ ਇੱਕ ਤਾਂ ਇਲੈਕਸ਼ਨਸ ਨੇ ਪੰਜਾਬ ਦੇ ਨਾਲ ਹੀ ਤੇ ਦੂਸਰੀ ਵੱਡੀ ਗੱਲ ਇਹ ਆ ਕਿ ਯੂਪੀ ਦੇ ਵਿੱਚ ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਬਹੁਤ ਨੇ ਪੰਜਾਬ ਦੀਆਂ ਤੇ ਹਰਿਆਣਾ ਦੀਆਂ ਸੀਟਾਂ ਜਿੰਨੀਆਂ ਮਿਲਾ ਕੇ ਤੇ ਉਹਦੇ ਨਾਲ ਕਈ ਗੁਣਾ ਵੱਧ ਇਕੱਲੇ ਯੂਪੀ ਦੀਆਂ ਸੀਟਾਂ ਨੇ ਦੇਸ਼ ਦੀ ਰਾਜਨੀਤੀ ਦੇ ਵਿੱਚ ਵੱਡਾ ਅਹਿਮ ਯੋਗਦਾਨ ਯੂਪੀ ਦਾ ਸੋ ਹੁਣ ਲੋੜ ਹੈ ਸਾਨੂੰ ਕਿ ਅਸੀਂ ਇਸ ਅੰਦੋਲਨ ਨੂੰ ਵੱਡੇ ਪੱਧਰ ਤੇ ਯੂਪੀ ਦੇ ਵਿੱਚ ਖੜਾ ਕਰੀਏ ਜਿਹਦੇ ਨਾਲ ਸਰਕਾਰ ਕੇਂਦਰ ਸਰਕਾਰ ਦੇ ਉੱਪਰ ਮੈਂ ਲਿਖ ਕੇ ਦੇ ਸਕਦਾ ਕਿ ਐਸਾ ਪ੍ਰੈਸ਼ਰ ਬਿਲਡ ਹੋਊਗਾ ਮੋਦੀ ਗੁੱਡਿਆਂ ਪਰ ਨਿਆ ਲਓ ਔਰ ਜਿਹੜੇ ਦੇ ਯੋਗੀ ਅਤੇ ਯੋਗਿਆ ਦਿੱਤਿਆਨਾਥ ਮੋਦੀ ਕਿਉਂਕਿ ਸਾਰਾ ਕੁਝ ਜੋ ਵੀ ਭਾਜੀਪੀ ਦਾ ਹੈ ਨਾ ਉਹ ਯੂਪੀ ਦੇ ਵਿੱਚ ਹੀ ਆ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਕਿਸਾਨ ਆਗੂਆਂ ਨੂੰ ਕਿ ਜਿੱਥੇ ਦਿੱਲੀ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸਟੇਟਾਂ ਦੇ ਵਿੱਚ ਆਪਾਂ ਜ਼ੋਰ ਲਾ ਰਹੇ ਹਾਂ ਸਾਨੂੰ ਹੁਣ ਲੋੜ ਆ ਕਿ ਅਸੀਂ ਯੂਪੀ ਦੇ ਵਿੱਚ ਇੱਕ ਵੱਡੀ ਮੂਵਮੈਂਟ ਖੜੀ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਾਈਏ ਸੋ ਇਹ ਸਨ ਤਲਵਿੰਦਰ ਸਿੰਘ ਮਾਨ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਅਤੇ ਹਲਕਾ ਸੰਗਰੂਰ ਦੇ ਇੰਚਾਰਜ ਸੋ ਇਹਨਾਂ ਦਾ ਕਹਿਣਾ ਕਿ ਸਰਕਾਰ ਪੂਰੀ ਡਰੀ ਹੋਈ ਆ ਕੇਂਦਰ ਸਰਕਾਰ ਬਹੁਤ ਡਰੀ ਵੀ ਆ ਪਿੱਛੇ ਮੁੜਨ ਨੂੰ ਤਿਆਰ ਆ ਪਰ ਸਮਾਂ ਲੱਗੇਗਾ ਕਿਉਂਕਿ ਸਰਕਾਰ ਹਜੇ ਫਿਲਹਾਲ ਕਹਿ ਰਹੀ ਆ ਕਿ ਸੌਦਾ ਕਰਨ ਨੂੰ ਤਿਆਰ ਆ ਪਰ ਜਦੋਂ ਤੋਂ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਇੱਕ ਚੇਂਜਸ ਆਏ ਨੇ ਇੱਕ ਬਦਲਾਵ ਆਏ ਨੇ ਵੱਡੇ ਯੂਪੀ ਦੇ ਲੋਕ ਉੱਠੇ ਨੇ ਰਾਕੇਸ਼ ਕੈਤ ਭਾਵਕ ਹੋਏ ਉਸ ਤੋਂ ਬਾਅਦ ਯੂਪੀ ਦੇ ਵੱਡੀ ਗਿਣਤੀ ਵਿੱਚ ਲੋਕ ਆਏ ਤੇ ਤੁਹਾਨੂੰ ਦੱਸ ਦਈਏ ਕਿ ਯੂਪੀ ਤੇ ਨਿਰਪਰਾ ਪੂਰੀ ਦੇਸ਼ ਦੀ ਸਰਕਾਰ ਨਿਰਪਰਾ ਕਿ ਕਿਸਾਨ ਜਥੇਬੰਦੀਆਂ ਪੂਰੀਆਂ ਮਜ਼ਬੂਤ ਹੋਈਆਂ ਨੇ ਮਾਨ ਸਾਹਿਬ ਦਾ ਕਹਿਣਾ ਕਿ ਜੇ ਯੂਪੀ ਦੇ ਲੋਕ ਪੂਰੇ ਉੱਠਦੇ ਨੇ ਤਾਂ ਕੇਂਦਰ ਸਰਕਾਰ ਨੂੰ ਪਿੱਛੇ ਮੁੜਨਾ ਹੀ ਹੋਵੇਗਾ ਭਵਾਨੀਗੜ੍ਹ ਤੋਂ ਅਮਨਦੀਪ ਸਿੰਘ ਮੱਝਾ ਪੰਜਾਬੀ ਲੋਕ ਚੈਨਲ